ਸਕਾਈਨਿਸ ਪੰਜਾਬ ਦੇਖ ਰਹੇ ਹਾਂ ਤੁਸੀਂ ਅਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਇਸ ਵੇਲੇ ਦੀ ਵੱਡੀ ਖਬਰ ਦਾ ਰੁਖ ਕਰਦੇ ਹਾਂ ਜੋ ਕਿ ਰੇਲਵੇ ਵਿਭਾਗ ਦੇ ਨਾਲ ਜੁੜੀ ਹੋਈ ਹੈ। ਰੇਲਵੇ ਵਿਭਾਗ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਤੇ ਕੁਝ ਟ੍ਰੇਨਾਂ ਦਾ ਸਮਾਂ ਚੇਂਜ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਇੱਕ ਤਾਂ ਸੰਘਣੀ ਧੁੰਦ ਹੈ ਅਤੇ ਦੂਜੇ ਪਾਸੇ ਰੇਲਵੇ ਵਿਭਾਗ ਦੇ ਵੱਲੋਂ ਕੁਝ ਪੈਂਡਿੰਗ ਕੰਮ ਪੂਰੇ ਕਰਨੇ ਨੇ, ਇਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ। ਇੱਕ ਲਿਸਟ ਜਾਰੀ ਕੀਤੀ ਗਈ ਹੈ ਤਾਂ ਜੋ ਕਿ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ, ਕਿਉਂਕਿ ਜਦੋਂ ਵੀ ਕਿਸੇ ਟ੍ਰੇਨ ਦਾ ਸਮਾਂ ਚੇਂਜ ਹੁੰਦਾ ਹੈ ਤਾਂ ਯਾਤਰੀ ਜਿਹੜੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਪਰ ਹੁਣ ਇੱਕ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਟ੍ਰੇਨ ਦਾ ਨਾਮ ਕੀ ਹੈ ਅਤੇ ਟ੍ਰੇਨ ਕਿਹੜੀ ਤਰੀਕ ਨੂੰ ਉਸਦਾ ਸਮਾਂ ਜਿਹੜਾ ਚੇਂਜ ਕੀਤਾ ਜਾਵੇਗਾ। ਤਾਂ ਜਿੰਨੀਆਂ ਟ੍ਰੇਨਾਂ ਦਾ ਸਮਾਂ ਚੇਂਜ ਕੀਤਾ ਗਿਆ ਉਹਨਾਂ ਦੇ ਵਿੱਚੋਂ ਕੁਝ ਟ੍ਰੇਨਾਂ ਪੰਜਾਬ ਦੀਆਂ ਵੀ ਨੇ, ਤਾਂ ਤੁਹਾਨੂੰ ਲਿਸਟ ਦੇ ਵਿੱਚ ਦੱਸ ਦਿੰਦੇ ਹਾਂ ਕਿ ਕਿਹੜੀਆਂ ਕਿਹੜੀਆਂ ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦਾ ਸਮਾਂ ਚੇਂਜ ਕੀਤਾ ਗਿਆ। ਤਾਂ ਟ੍ਰੇਨ ਨੰਬਰ 12460 ਅੰਮ੍ਰਿਤਸਰ ਨਿਊ ਦਿੱਲੀ ਐਕਸਪ੍ਰੈਸ ਦਾ ਸਮਾਂ ਚੇਂਜ ਕਰ ਦਿੱਤਾ ਗਿਆ। ਟ੍ਰੇਨ ਨੰਬਰ 14507 ਦਿੱਲੀ ਜੰਕਸ਼ਨ ਫਾਜ਼ਿਲਕਾ ਐਕਸਪ੍ਰੈਸ ਦਾ ਸਮਾਂ ਚੇਂਜ ਕੀਤਾ ਗਿਆ। ਇਸ ਤੋਂ ਇਲਾਵਾ 12053 ਹਰਿਦੁਆਰ ਜੰਕਸ਼ਨ ਅੰਮ੍ਰਿਤਸਰ ਐਕਸਪ੍ਰੈਸ ਦਾ ਸਮਾਂ ਚੇਂਜ ਕੀਤਾ ਗਿਆ ਅਤੇ ਇਸ ਦੇ ਨਾਲ ਇੱਕ ਹੈਲਪਲਾਈਨ ਨੰਬਰ ਹੈ 139, ਤੁਸੀਂ ਉਸ 'ਤੇ ਵੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੀ ਟ੍ਰੇਨ ਦਾ ਸਮਾਂ ਚੇਂਜ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਦੇ ਹਾਂ ਕਿ 12903 ਮੁੰਬਈ ਸੈਂਟਰਲ ਅੰਮ੍ਰਿਤਸਰ ਗੋਲਡਨ ਟੈਂਪਲ ਐਕਸਪ੍ਰੈਸ ਦਾ ਸਮਾਂ ਚੇਂਜ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੇਨ ਨੰਬਰ 14609 ਰਿਸ਼ੀਕੇਸ਼ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਹੇਮਕੁੰਡ ਐਕਸਪ੍ਰੈਸ ਦਾ ਸਮਾਂ ਜਿਹੜਾ ਉਹ ਵੀ ਚੇਂਜ ਕੀਤਾ ਗਿਆ। 06957 ਹੁਸ਼ਿਆਰਪੁਰ ਜਲੰਧਰ ਸਿਟੀ ਐਕਸਪ੍ਰੈਸ ਸਪੈਸ਼ਲ ਦਾ ਸਮਾਂ ਜਿਹੜਾ ਉਹ ਵੀ ਚੇਂਜ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਲੁਧਿਆਣਾ ਤੋਂ ਫਿਰੋਜ਼ਪੁਰ ਲਾਈਨ 'ਤੇ ਕੰਮ ਚੱਲ ਰਿਹਾ, ਇਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਜਿੰਨੀਆਂ ਟ੍ਰੇਨਾਂ ਨੇ ਉਹਨਾਂ ਦਾ ਸਮਾਂ ਚੇਂਜ ਕੀਤਾ ਗਿਆ। ਤਾਂ ਇੱਕ ਲਿਸਟ ਜਾਰੀ ਕੀਤੀ ਗਈ ਹੈ, ਇਸ 'ਤੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਟ੍ਰੇਨ ਦਾ ਸਮਾਂ ਜਿਹੜਾ ਕਦੋਂ ਚੇਂਜ ਕੀਤਾ ਜਾਵੇਗਾ। ਦੱਸ ਦਈਏ ਕਿ ਵੱਖ ਵੱਖ ਡੇਟ ਨੂੰ ਇਹ ਸਮਾਂ ਜਿਹੜਾ ਚੇਂਜ ਕੀਤਾ ਜਾਵੇਗਾ। ਕੁਝ ਟ੍ਰੇਨਾਂ ਦਾ ਸਮਾਂ 4 ਜਨਵਰੀ ਯਾਨੀ ਕਿ ਅੱਜ ਚੇਂਜ ਕੀਤਾ ਜਾਵੇਗਾ ਅਤੇ ਕੁਝ ਦਾ 5 ਨੂੰ, 9 ਨੂੰ, 6 ਨੂੰ ਅਤੇ 7 ਨੂੰ। ਵੱਖ ਵੱਖ ਤਰੀਕਾ ਅਤੇ ਇਹ ਸਮਾਂ ਜਿਹੜਾ ਉਹ ਟ੍ਰੇਨਾਂ ਦਾ ਬਦਲਿਆ ਜਾਵੇਗਾ ਅਤੇ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ, ਇਸ ਦੇ ਲਈ ਇੱਕ ਲਿਸਟ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਅਤੇ ਹੈਲਪਲਾਈਨ ਨੰਬਰ 139 ਤੇ ਤੁਸੀਂ ਫੋਨ ਕਰਕੇ ਟ੍ਰੇਨ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਸੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।